ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ 707 ਤੇ। ਸੋ ਦੋਸਤੋ, ਲੈ ਕੇ ਹਾਜ਼ਰ ਆਪਾਂ ਅੱਜ ਹੋਣ ਵਾਲੇ ਕਬੱਡੀ ਟੂਰਨਾਮੈਂਟਾਂ ਦੀ ਜਾਣਕਾਰੀ। ਤਾਂ ਆਓ ਦੋਸਤੋ, ਆਪਾਂ ਇਸ ਵੀਡੀਓ ਵਿੱਚ ਨਜ਼ਰ ਮਾਰੀਏ ਅੱਜ ਕਿੱਥੇ ਕਿੱਥੇ ਕਬੱਡੀ ਦੇ ਮੈਚ ਹੋਣੇ ਨੇ। ਸਭ ਤੋਂ ਪਹਿਲਾਂ ਦੋਸਤੋ, ਅੱਜ ਕਬੱਡੀ ਦੇ ਮੈਚ ਹੋਣਗੇ ਪਿੰਡ ਡੁਗਰੀ, ਜ਼ਿਲ੍ਹਾ ਗੁਰਦਾਸਪੁਰ ਵਿਖੇ, ਜਿੱਥੇ ਕਿ ਦੋਸਤੋ ਅੱਜ 4 ਕਲੱਬਾਂ ਦੇ ਮੈਚ ਕਰਵਾਏ ਜਾਣਗੇ, ਜਿਹਦੇ ਵਿੱਚ ਕਬੱਡੀ ਕਲੱਬ ਸੁਰ ਸਿੰਘ, ਕਬੱਡੀ ਕਲੱਬ ਕੋਟਲੀ ਸੁਰਤ ਮੱਲੀ, ਕਬੱਡੀ ਕਲੱਬ USA ਅਤੇ ਕਬੱਡੀ ਕਲੱਬ ਰਾਜਾ ਰਾਮ ਦੀਆਂ ਟੀਮਾਂ ਪਹੁੰਚਣਗੀਆਂ। ਸੋ ਦੋਸਤੋ, ਇੱਥੇ ਇਹਨਾਂ 4 ਟੀਮਾਂ ਦੇ ਵਿਚਕਾਰ ਮੈਚ ਹੋਣਗੇ। ਬਾਕੀ ਬਾਈ ਜੀ, ਇਹਨਾਂ ਮੈਚਾਂ ਦਾ ਲਾਈਵ ਚੱਲੇਗਾ ਪੰਜਾਬ 7 TV 'ਤੇ। ਉਸ ਤੋਂ ਅੱਗੇ ਦੋਸਤੋ, ਅੱਜ ਹਰਿਆਣਾ ਵਿਖੇ ਵੀ ਵਧੀਆ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਤਾਂ ਦੋਸਤੋ, ਇਹ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਹੈ ਗਾਮ ਕੋਲਾਂ, ਜ਼ਿਲ੍ਹਾ ਫਤਿਹਾਬਾਦ ਵਿਖੇ, ਜਿੱਥੇ ਕਿ ਦੋਸਤੋ ਅੱਜ ਓਪਨ ਕਬੱਡੀ ਦੇ ਮੈਚ ਹੋਣੇ ਨੇ। ਇੱਥੇ ਓਪਨ ਕਬੱਡੀ ਦੇ ਲਈ ਪਹਿਲਾ ਇਨਾਮ 41,000, ਦੂਜਾ ਇਨਾਮ 31,000 ਅਤੇ ਬੈਸਟਾਂ ਦੇ ਲਈ ਇੱਥੇ ਸਰਪ੍ਰਾਈਜ਼ ਰੱਖੇ ਗਏ ਨੇ। ਸੋ ਦੋਸਤੋ, ਹੋ ਸਕਦਾ ਇੱਥੇ ਅੱਜ ਜੱਗੂ ਹੋਰੀ ਖੇਡਣ ਅਤੇ ਹਰਿਆਣੇ ਦੇ ਲੋਕਲ ਖਿਡਾਰੀ ਖੇਡਣਗੇ, ਜਿਨ੍ਹਾਂ ਦੇ ਵਿੱਚ ਦੋਸਤੋ ਅੱਜ ਸੀਲੂ ਹੋਰੀ ਵੀ ਖੇਡ ਸਕਦੇ ਨੇ। ਸੋ ਦੋਸਤੋ, ਇਹਨਾਂ ਸਾਰੇ ਮੈਚਾਂ ਦਾ ਲਾਈਵ ਚੱਲੇਗਾ ਕਬੱਡੀ 123 'ਤੇ। ਇਸ ਤੋਂ ਇਲਾਵਾ ਦੋਸਤੋ, ਅੱਜ ਹਰਿਆਣਾ ਵਿਖੇ ਬਜਨੀ ਕਬੱਡੀ ਦੇ ਮੈਚ ਵੀ ਹੋਣਗੇ। ਤਾਂ ਦੋਸਤੋ, ਇਹ ਕਬੱਡੀ ਦੇ ਮੈਚ ਹੋਣੇ ਨੇ ਪਿੰਡ ਅਲੇਵਾ ਜੀਂਦ ਵਿਖੇ, ਜਿੱਥੇ ਕਿ ਦੋਸਤੋ ਅੱਜ 28 ਕਿੱਲੋ ਅਤੇ 32 ਕਿੱਲੋ ਦੇ ਮੈਚ ਕਰਵਾਏ ਜਾਣਗੇ। 28 ਕਿੱਲੋ ਦੇ ਲਈ ਪਹਿਲਾ ਇਨਾਮ ਇੱਥੇ 3100, ਦੂਜਾ ਇਨਾਮ 2100, ਤੀਜਾ ਅਤੇ ਚੌਥਾ ਇਨਾਮ ਇੱਥੇ 1100 ਰੁਪਇਆ ਦਿੱਤਾ ਜਾਣਾ ਹੈ। ਉੱਥੇ ਹੀ ਦੋਸਤੋ, 32 ਕਿੱਲੋ ਦੇ ਲਈ ਪਹਿਲਾ ਇਨਾਮ ਇੱਥੇ 6100, ਦੂਜਾ ਇਨਾਮ 4100 ਅਤੇ ਤੀਜਾ ਅਤੇ ਚੌਥਾ ਇਨਾਮ ਇੱਥੇ 2100 ਰੁਪਇਆ ਦਿੱਤਾ ਜਾਣਾ ਹੈ। ਸੋ ਦੋਸਤੋ, ਇਹ ਸੀ ਅੱਜ ਹੋਣ ਵਾਲੇ ਕੁਝ ਕਬੱਡੀ ਟੂਰਨਾਮੈਂਟ। ਬਾਕੀ ਬਾਈ ਜੀ, ਆਉਣ ਵਾਲੇ ਕਬੱਡੀ ਕੱਪਾਂ ਦੀ ਜਾਣਕਾਰੀ ਦੇ ਲਈ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸੋ ਦੋਸਤੋ, ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ।